ਹੈਲੋ ਪਿਆਰੇ ਬੱਚੋ ਸਵਾਗਤ ਕਰਦੇ ਆਂ ਤੁਹਾਡੇ ਆਪਣੇ ਚੈਨਲ ਕੁਚਰਾਟੀ.youtube.com ਤੇ ਬੱਚੋ ਜਿਵੇਂ ਕਿ ਤੁਹਾਨੂੰ ਪਤਾ ਹੈ ਜਮਾਤ 7ਵਾਂ ਦਾ ਜਿਵੇਂ ਕਿ ਪੇਪਰ ਆਇਆਗਾ ਸਮਾਜਿਕ ਵਿਗਿਆਨ ਦਾ 20 ਨੰਬਰ ਵਾਲਾ ਪੇਪਰ ਜੋ ਕਿ ਬਾਈ ਮੰਥਰੀ ਜੁਲਾਈ ਟੈਸਟ ਹੈ ਠੀਕੇ 2023 ਦੇ ਵਿੱਚ ਹੋਣ ਵਾਲਾ ਹੈ ਠੀਕੇ ਜਿਨ੍ਹਾਂ ਦਾ ਹੋ ਗਿਆ ਵੈਲੰਟ ਗੁੱਡ ਠੀਕੇ ਜਿਨ੍ਹਾਂ ਦਾ ਨਹੀਂ ਹੋਇਆ ਤਾਂ ਤੁਸੀਂ ਇਸ ਵੀਡੀਓ ਨੂੰ ਵੇਖ ਸਕਦੇ ਹੋ ਅੰਤ ਤੱਕ ਠੀਕੇ ਤੇ ਜਿਨ੍ਹਾਂ ਦਾ ਹੋਣ ਵਾਲਾ ਕੋਈ ਵੀ ਪੇਪਰ ਰਹਿੰਦਾ ਤਾਂ ਸਾਨੂੰ ਕਮੈਂਟ ਕਰਕੇ ਸਾਨੂੰ ਦੱਸ ਸਕਦੇ ਹੋ ਠੀਕੇ ਟੋਟਲ ਤੁਹਾਡਾ 20 ਨੰਬਰ ਦਾ ਪੇਪਰ ਹੋਣ ਵਾਲਾ ਹੈ ਕਿਹੜਾ ਹੈ ਬੱਚੋ 20 ਨੰਬਰ ਦੇ ਪੇਪਰ ਹੈਗਾ ਐਸਐਸਟੀ ਦਾ ਜਮਾਤ 7ਵੀਂ ਵਾਲਿਆਂ ਵਾਸਤੇ ਠੀਕੇ 7ਵੀਂ ਵਾਲਿਆਂ ਵਾਸਤੇ ਆਈ ਹੋਪ ਤੁਸੀਂ ਸਮਝ ਗਏ ਹੋਗੇ ਸੋ ਤੁਸੀਂ ਵੇਖਿਆ ਵਾਸਤੇ ਐਸਐਸਟੀ ਦਾ ਪੇਪਰ ਹੈ ਵੀ ਨੰਬਰ ਦਾ 40 ਮਿੰਟ ਦਾ ਸਮਾਂ ਦਿੱਤਾ ਜਾਣਾ ਸਭ ਤੋਂ ਪਹਿਲਾ ਭਾਗ ਓੜੇ ਦੇ ਵਿੱਚ ਕੋਸ਼ਨ ਪੁੱਛਿਆ ਗਿਆ ਹੈ ਵਾਯੂ ਮੰਡਲ ਥਲ ਮੰਡਲ ਅਤੇ ਜਲ ਮੰਡਲ ਦੇ ਸਮੁੱਚੇ ਪ੍ਰਭਾਵ ਸਦਕਾ ਹਮ ਉਹਦੇ ਵਿੱਚ ਆਉਂਦਾ ਹੈ ਕਿਸ ਦੇ ਵਿੱਚ ਆਉਂਦਾ ਹੈ ਮਨੁੱਖੀ ਵਾਤਾਵਰਨ ਦੇ ਵਿੱਚ ਆਉਂਦਾ ਹੈ ਇਸ ਲਈ ਈਡੀ অপਸ਼ਨ ਰਾਈਟ ਆ ਜਾਏਗੀ ਸੋ ਇਸ ਤੋਂ ਬਾਅਦ ਅਗਲਾ ਕੋਸ਼ਨ ਹੈ ਆਪਣੇ ਕੋਲ ਵੈਦਿਕ ਕਾਲ ਵਿੱਚ ਭਾਰਤ ਨੂੰ ਕੀ ਨਾਮ ਦਿੱਤਾ ਗਿਆ ਸੀ ਪਿਆਰੇ ਬੱਚੋ ਆਰੀਆ ਵਰਤ ਦਿੱਤਾ ਗਿਆ ਸੀ ਨਾਮ ਉਸ ਤੋਂ ਅਗਲਾ ਪ੍ਰਸ਼ਨ ਹੈ ਮੁਹੰਮਦ ਗਜਨੀਵੀ ਨੇ ਭਾਰਤ ਤੇ ਕਿੰਨੇ ਕਿੰਨੀ ਵਾਰ ਹਮਲਾ ਕੀਤਾ ਤੇ ਬੱਚੋ ਕਿੰਨੀ ਵਾਰ ਹਮਲਾ ਕੀਤਾ ਸੀ ਮੁਹੰਮਦ ਗਜਨੀਵੀ ਨੇ 17 ਵਾਰ ਠੀਕ ਹੈ 17 ਵਾਰ ਕੀਤਾ ਸੀ ਉਸ ਤੋਂ ਬਾਅਦ ਚੌਥਾ ਪ੍ਰਸ਼ਨ ਹੈ ਆਧੁਨਿਕ ਯੁੱਗ ਵਿੱਚ ਕਿਸ ਸਰਕਾਰ ਨੂੰ ਵਧੀਆ ਮੰਨਿਆ ਜਾਂਦਾ ਹੈ ਅਧੋਨੀਕ ਮਤਲਬ ਹੈ ਹੁਣ ਦੇ ਯੋਗ ਵਿੱਚ ਕਿਸ ਸਰਕਾਰ ਨੂੰ ਲੋਕਤੰਤਰੀ ਸਰਕਾਰ ਜਿਹੜੀ ਕਾਨੂੰਨ ਦੇ ਅਕੋਰਡਿੰਗ ਕੰਮ ਕਰਦੀ ਹੈ ਲੋਕਤੰਤਰੀ ਸਰਕਾਰ ਉਸ ਨੂੰ ਵਧਿਆ ਮੰਨਿਆ ਜਾਂਦਾ ਹੈ ਸੋ ਐਡਾਪਸ਼ਨ ਰਾਈਟ ਆ ਜਾਏਗੀ ਸੋ ਹੁਣ ਤੱਕ ਪਿਆਰੇ ਬੱਚਿਓ ਵੀਡੀਓ ਤੇ ਬਣਿਓ ਤੁਸੀਂ ਲਾਈਕ ਨਹੀਂ ਕੀਤਾ ਤਾਂ ਕਿਉਂ ਨਹੀਂ ਕੀਤਾ ਪਲੀਜ਼ ਲਾਈਕ ਕਰ ਦਿਓ ਠੀਕ ਹੈ ਸਭ ਤੋਂ ਪਹਿਲਾ ਕੰਮ ਹੈ ਤੁਹਾਡਾ ਲਾਈਕ ਕਰਨਾ ਵੀਡੀਓ ਨੂੰ ਲਾਈਕ ਕਰਕੇ ਆਪਣੇ ਦੋਸਤਾਂ ਨਾਲ ਸ਼ੇਅਰ ਕਰ ਦਿਓ ਜਿਨ੍ਹਾਂ ਦਾ ਪੇਪਰ ਹੋਣ ਵਾਲਾ ਹੈ ਕੱਲ ਦੇ ਦਿਨ ਜਾਂ ਪਰਸੂ ਦੇ ਦਿਨ ਜਦੋਂ ਵੀ ਹੋਣ ਵਾਲਾ ਹੈ ਠੀਕ ਹੈ ਸੋ ਵੀਡੀਓ ਨੂੰ ਲਾਈਕ ਕਰਕੇ ਸੇਵ ਕਰਕੇ ਰੱਖ ਲਓ ਠੀਕ ਹੈ ਭਾਗ ਐਡੇ ਦੇ ਵਿੱਚ ਦੇਖ ਸਕਦੇ ਹੋ ਵਸਤੂਨਿਸ਼ ਪਾਕ ਵਿੱਚ ਦਿਓ 6 ਨੰਬਰਾਂ ਦਾ ਐਮਸੀਕਿਊ ਤਰਤੀਤੀ ਸਤਾਤ ਡੈਸ਼ ਭਾਗ ਪਾਣੀ ਨਰਕੇ ਰਿਹਾ ਬੱਚੋ 71% ਜਿਹੜਾ ਭਾਗ ਇਹ ਪਾਣੀ ਦੇ ਨਾਲ ਕਿਰਿਆ ਹੋਇਆ ਹੈ ਉਸ ਤੋਂ ਬਾਅਦ ਦੂਸਰਾ ਹੈ ਤਰਤੀਤੇ ਕਿੰਨੇ ਖੋਲ ਹਨ ਤੇ ਇਹਨਾਂ ਦੇ ਨਾਮ ਦੱਸੋ ਠੀਕ ਹੈ ਹੁਣ ਮੈਂ ਤੁਹਾਨੂੰ ਦੱਸ ਦਿਆਂ ਮੈਂ ਇੱਥੇ ਅਨਸਰ ਲਿਖਿਆ ਜਰੂਰ ਆ ਬਟ ਉਹਦੇ ਵਿੱਚ ਨਾ ਥੋੜੀ ਗ੍ਰਾਮਰਟੀਕਲ ਗਲਤੀਆਂ ਹੀ ਗਏ ਆ ਧਿਆਨ ਨਾਲ ਵੇਖ ਲਿਓ ਠੀਕ ਹੈ ਸਤਵੀਂ ਜਮਾਤ ਦੇ ਪਿਆਰੇ ਬੱਚੋ ਠੀਕ ਹੈ ਸੋ ਪੰਜਾਬੀ ਜੇਕਰ ਤੁਹਾਨੂੰ ਲਿਖਣੀ ਆਉਂਦੀ ਆ ਨਾ ਤੁਸੀਂ ਆ ਦੇ ਅਕੋਰਡਿੰਗ ਲਿਖਿਓ ਮੈਂ ਤੁਹਾਨੂੰ ਦਿਖਾ ਦੇਣਾ ਕਿੱਦਾਂ ਦਾ ਕੰਪਿਊਟਰ ਦੇ ਵਿੱਚ ਧਰਤੀ ਦੇ ਕਿੰਨੇ ਖੋਲ ਹਨ ਤੇ ਇਹਨਾਂ ਦੇ ਨਾਮ ਲਿਖਨੇ ਧਰਤੀ ਦੇ ਵਿੱਚੋਂ ਤਿੰਨ ਖੋਲ ਨੇ ਇੱਥੇ ਲਿਖਿਆ ਹੋਇਆ ਹੈ ਦੇਖੋ ਧਰਤੀ ਦੀਆਂ ਤਿੰਨ ਪਰਤਾਂ ਹਨ ਥਲਮੰਡਲ ਮੈਂਟਲ ਅਤੇ ਕੇਂਦਰੀ ਭਾਗ ਥਲਮੰਡਲ ਮੈਂਟਲ ਅਤੇ ਕੇਂਦਰੀ ਭਾਗ ਇੰਨਾ ਹੀ ਲਿਖਣਾ ਹੈ ਤੁਸੀਂ ਠੀਕ ਹੈ ਬਾਕੀ ਅੱਗੇ ਲਿਖਿਆ ਹੋਇਆ ਇਹਨਾਂ ਨੂੰ ਕਰਮਵਾਸਿਆਰ ਸੀਮਾ ਨਾਈਫ ਕਿਹਾ ਜਾਂਦਾ ਹੈ ਇਹ ਤੁਸੀਂ ਲਿਖਣਾ ਚਾਹੁੰਦੇ ਹੋ ਲਿਖ ਸਕਦੇ ਹੋ ਐਨੀਵੇਰ ਤੁਹਾਨੂੰ ਥਲਮੰਡਲ ਮੈਂਟਲ ਅਤੇ ਕੇਂਦਰੀ ਭਾਗ ਇਹ ਤਿੰਨ ਜਿਹੜੇ ਖੋਲ ਨੇ ਠੀਕ ਹੈ ਇਹਨਾਂ ਦੇ ਨਾਮ ਹੀ ਲਿਖਨੇ ਆ ਠੀਕ ਹੈ ਤੇ ਤਿੰਨ ਨੇ ਠੀਕ ਹੈ ਸੋ ਨੈਕਸਟ ਅਗਲਾ ਪ੍ਰਸ਼ਨ ਆਪਣੇ ਕਰ ਚੀ ਤੀਸਰਾ ਮਧਕਲੀਨ ਯੋਗ ਵਿੱਚ ਮੋਢਲਾ ਮਧਕਲੀਨ ਯੋਗ ਅਤੇ ਉੱਤਰ ਮਧਕਲੀਨ ਯੋਗ ਵਿੱਚ ਵੰਡਿਆ ਹੋਇਆ ਸੀ ਸਹੀ ਜਾਂ ਗਲਤ ਅਸੀਂ ਸਹੀ ਲਗਾਇਆ ਤੁਸੀਂ ਇੱਕ ਵਾਰ ਚੈੱਕ ਕਰ ਲੈਣਾ ਠੀਕ ਹੈ ਸੋ ਅਗਲਾ ਚੌਥਾ ਸੀ ਆਪਣੇ ਕੋਲ ਮਾਰਕੋ ਪੋਲੋ ਨੇ ਡੈਸ਼ ਰਾਜ ਦੀ ਯਾਤਰਾ ਕੀਤੀ ਬੱਚੋ ਕਿਹੜੀ ਕਿਹੜੇ ਰਾਜ ਦੀ ਪਾਂਡਿਆ ਪਾਂਡਿਆ ਰਾਜ ਦੀ ਯਾਤਰਾ ਕੀਤੀ ਸੀ ਡੱਡੇ ਦੀ ਪੈਣੀ ਸੀ ਤੇ ਗਲਤ ਲਿਖਿਆ ਗਿਆ ਇੱਦਾਂ ਲਿਖਾਂਗੇ ਪੱਪੇ ਕੰਨਾ ਟਿੱਪੀ ਡੱਡੇ ਨੂੰ ਹਿਯਾਰੀ ਪੈਣੀ ਸੀ ਐੜਾ ਠੀਕ ਐੜੇ ਦੇ ਕੰਨਾ ਇੱਦਾਂ ਪੈਣਾ ਸੀ ਪਾਂਡਿਆ ਠੀਕ ਸੋ ਇਸ ਰਾਜ ਦੀ ਜਿਹੜੀ ਕਿ ਯਾਤਰਾ ਕੀਤੀ ਸੀ ਸੋ ਅੱਗੇ ਉਸ ਤੋਂ ਬਾਅਦ ਲੋਕਤੰਤਰੀ ਸਰਕਾਰ ਤੋਂ ਕੀ ਭਾਅ ਹੈ ਠੀਕ ਹੈ ਲੋਕਤੰਤਰੀ ਸਰਕਾਰ ਤੋਂ ਕੀ ਭਾਅ ਹੈ ਮਦਦ ਦਖਾਨਾ ਅਰਿਸ਼ੋ ਦੇ ਤੁਸੀਂ ਇਹ orange ਕਲਰ ਦੇ ਵਿੱਚ ਲਿਖਿਆ ਹੋਇਆ ਹੈ ਲੋਕਤੰਤਰ ਲੋਕਾਂ ਦੀ ਆਪਣੀ ਸਰਕਾਰ ਹੁੰਦੀ ਹੈ ਅਰਥਾਤ ਉੱਥੋਂ ਦਾ ਸ਼ਾਸਨ ਲੋਕਾਂ ਦੀ ਇੱਛਾ ਅਨੁਸਾਰ ਚਲਾਇਆ ਜਾਂਦਾ ਹੈ ਕਾਨੂੰਨ ਦੇ ਅਨੁਸਾਰ ਵੀ ਸ਼ਾਸਨ ਚਲਾਉਣ ਦੀ ਸ਼ਕਤੀ ਲੋਕਾਂ ਦੇ ਹੱਥ ਵਿੱਚ ਹੁੰਦੀ ਹੈ ਇਬਰਾਹਿਮ ਲਿੰਕਨ ਦੇ ਸ਼ਬਦਾਂ ਵਿੱਚ ਲੋਕਤੰਤਰੀ ਸਰਕਾਰ ਲੋਕਾਂ ਦੀ ਲੋਕਾਂ ਦੁਆਰਾ ਲੋਕਾਂ ਲਈ ਹੁੰਦੀ ਹੈ ਸੋ ਆਈ ਹੋਪ ਪਿਆਰੇ ਬੱਚੋ ਤੁਹਾਨੂੰ ਸਮਝ ਲੱਗ ਗਿਆ ਹੋਵੇਗਾ ਇਹ ਪੰਜਵਾਂ ਪ੍ਰਸ਼ਨ ਸੀ ਤੁਹਾਡਾ ਸੋ ਮੈਂ ਤੁਹਾਨੂੰ ਦਿਖਾਤਾ ਹੈ ਇੱਕ ਨੰਬਰ ਦਾ ਸੀ ਤੁਸੀਂ ਜਿੰਨਾ ਵੀ ਲਿਖਣਾ ਚਾਹੁੰਦੇ ਲਿਖ ਸਕਦੇ ਹੋ ਉਸ ਤੋਂ ਬਾਅਦ 6ਵਾਂ ਹੈ ਆਪਣੇ ਕੋਲ ਲੋਕਤੰਤਰੀ ਦੇਸ਼ ਵਿੱਚ ਕਾਨੂੰਨ ਦਾ ਰਾਜ ਹੁੰਦਾ ਹੈ ਠੀਕ ਹੈ ਲੋਕਤੰਤਰੀ ਦੇਸ਼ ਵਿੱਚ ਕਾਨੂੰਨ ਦਾ ਰਾਜ ਹੁੰਦਾ ਹੈ ਸਹੀ ਜਾਂ ਗਲਤ ਤਾਂ ਜੇ ਬੱਚੇ ਨੂੰ ਸਹੀ ਆਏਗਾ ਲੋਕ ਜਿੱਥੇ ਸਰਕਾਰ ਹੋਏਗੀ ਉੱਥੇ ਕਾਨੂੰਨ ਦਾ ਰਾਜ ਜ਼ਰੂਰ ਹੋਏਗਾ ਸੋ ਅੱਗੇ ਆਪਾਂ ਉੱਪਰ ਜਾ ਕੇ ਦੇਖਦੇ ਆਂ ਪੇਪਰ ਕੀ ਕਹਿ ਰਿਹਾ ਹੈ ਆਪਾਂ ਉੱਪਰ ਜਾ ਕੇ ਹਾਜੀ ਪਾਗ ਏਡੇ ਦੇ ਵਿੱਚ ਆਪਾਂ ਨੂੰ ਦੇ ਰੱਖਿਆ 30 ਤੋਂ 50 ਸ਼ਬਦਾਂ ਵਿੱਚ ਉੱਤਰ ਦੇਣੇ ਆ ਇਹ ਆਪਣਾ 2 ਨੰਬਰ ਦਾ ਪ੍ਰਸ਼ਨ ਹੋਏਗਾ ਟੋਟਲ ਆਪਾਂ 3 ਕਰਨੇ ਨੇ ਠੀਕ ਹੈ 3 ਹੀ ਦੇ ਰੱਖਿਆ ਆਪਾਂ ਨੂੰ ਪਹਿਲਾ ਹੈ धरती देटल भाग बारे लिखो धरती के भाग बारे बचो मैंटल ठीक है मैंटल कहटल मतलब कि हो गया पागल नहीं पागल नहीं मैटल एक नाम आठ ठीक है उस भाग बारे दसना है पहला ही प्रश्न है अपना धरती की उपरली परत दे मैटल भाग है इसकी औस्तन मिटाई कि उन्नती सौ किलोमीटर है इसत तो अलावा भी तीस एक ज्यादा लिख लिखनी चाहते तो लिख सकते हो सो एनीयर तुम इन्ना भी लिख दो तुम्हें दो नंबर मिल जाएंगे इसकी औसतन मिटाई जी उन्नती सौ किलोमीटर है तो ये ਉਪਰਲੀ ਪਰਤ ਦੇ ਹੇਠਾਂ ਮੈਟਲ ਪਾ ਗਏ ਤੇ ਉਪਰਲੀ ਪਰਤ ਦੇ ਹੇਠਾਂ ਮੈਟਲ ਪਾ ਗਏ ਦੂਸਰਾ ਪ੍ਰਸ਼ਨ ਹੈ ਜੀ ਆਪਣਾ ਮਹਾਂਦਿਕਲੀਨ ਯੁੱਗ ਦੌਰਾਨ ਜਾਤੀ ਪ੍ਰਥਾ ਕਿਸ ਤਰ੍ਹਾਂ ਦੀ ਸੀ ਮਹਾਂਦਿਕਲੀਨ ਯੁੱਗ ਦੇ ਦੌਰਾਨ ਜਿਹੜੀ ਸਮਾਜ ਚਾਰ ਪਰਖਾਂ ਦੇ ਵਿਜਾਤਾਂ ਦੇ ਵਿੱਚ ਵੰਡਿਆ ਹੋਇਆ ਸੀ ਬ੍ਰਾਹਮਣ ਖੱਤਰੀ ਵੈਸ਼ਨੂ ਤੇ ਨੇਵੀ ਸ਼੍ਰੇਣੀ ਦੇ ਵਿੱਚ ਇਹ ਚਾਰ ਜਾਤਾਂ ਅੱਗੇ ਉਪਜਾਤਾਂ ਵਿੱਚ ਵੰਡੀਆਂ ਹੋਈਆਂ ਸਨ ਸਮਾਜ ਵਿੱਚ ਜਾਤੀ ਨਿਯਮ ਬੜੇ ਕਠੋਰ ਸਨ ਸਮਾਜ ਵਿੱਚ ਬ੍ਰਾਹਮਣ ਨੂੰ ਬਹੁਤ ਸਨਮਾਨ ਪ੍ਰਾਪਤ ਸੀ ਸਭ ਧਾਰਮਿਕ ਰਸਮਾਂ ਉਹਨਾਂ ਦੁਆਰਾ ਹੀ ਪੂਰੀਆਂ ਕੀਤੀਆਂ ਜਾਂਦੀਆਂ ਸਨ ਖਤਰੀ ਦੇਸ਼ ਸੁਰੱਖਿਆ ਦਾ ਕੀ ਦਾ ਕੰਮ ਨਿਵੀ ਜਾਤ ਨਾਲ ਪੈੜੇ ਸਲੋਕ ਕੀਤਾ ਜਾਂਦਾ ਸੀ ਠੀਕ ਹੈ ਸੋ ਉਸ ਤੋਂ ਬਾਅਦ ਤੀਸਰਾ ਜਿਹੜਾ ਵੋਟ ਦੇ ਅਧਿਕਾਰ ਦਾ ਲੋਕਤੰਤਰ ਵਿੱਚ ਕੀ ਮਤਵ ਹੈ ਵੋਟ ਦੇ ਅਧਿਕਾਰ ਦਾ ਪੈੜੇ ਵੋਟ ਦੇ ਅਧਿਕਾਰ ਦਾ ਕੀ ਹੈ ਆਧੁਨਿਕ ਲੋਕਤੰਤਰ ਪ੍ਰਤੀਨਿੰਦ ਲੋਕਤੰਤਰ ਹੈ ਇਸ ਵਿੱਚ ਨਾਗਰਿਕ ਆਪਣੇ ਪ੍ਰਤੀਨਿਧ ਚੁਣਦੇ ਹਨ ਜੋ ਸਰਕਾਰ ਚਲਾਉਂਦੇ ਹਨ ਅਤੇ ਕਾਨੂੰਨ ਬਣਾਉਂਦੇ ਹਨ ਇਹਨਾਂ ਪ੍ਰਤੀਨਿਧਾਂ ਦੀ ਚੋਣ ਵੋਟ ਜਮਾਤ ਅਧਿਕਾਰ ਦੁਆਰਾ ਹੀ ਹੁੰਦੀ ਹੈ ਜੇਕਰ ਸਰਕਾਰ ਅਯੋਗ ਹੋਵੇ ਤਾਂ ਉਸ ਨੂੰ ਵੋਟ ਦੁਆਰਾ ਬਦਲਾਇਆ ਬਦਲਿਆ ਵੀ ਜਾਂਦਾ ਹੈ ਠੀਕ ਹੈ ਸੋ ਇਸ ਲਈ ਲੋਕਤੰਤਰ ਵਿੱਚ ਵੋਟਾਂ ਦਾ ਅਧਿਕਾਰ ਬਹੁਤ ਹੀ ਮਹੱਤਵਪੂਰਨ ਹੁੰਦਾ ਹੈ ਤੇ ਨ ਲੈਣਾ ਹੈ ਗਿਆ ਤੁਸੀਂ ਲਿਖ ਲੈਣਾ ਮੈਂ ਤੁਹਾਨੂੰ ਪੜ੍ਹ ਕੇ ਦੱਸ ਦਿੱਤਾ ਹੈ ਬਾਕੀ ਇਹਦੇ ਵਿੱਚ ਕੁਝ ਕੁਝ ਸਪੈਲਿੰਗ ਮਿਸਟੇਕ ਹੀ ਗਿਆ ਜਿਵੇਂ ਕਿ ਆਹ ਦੇਖੋ ਵਿੱਚ ਲਿਖਾ ਹੋਇਆ ਬੱਚੀ ਲਿਖਾ ਹੋਇਆ ਠੀਕ ਹੈ ਤੇ ਕੁਝ ਹੋਰ ਵੀ ਸਪੈਲਿੰਗ ਹੀ ਗਿਆ ਮਿਸਟੇਕ ਉਹ ਤੁਸੀਂ ਸੈਕਟ ਕਰ ਲੈਣਾ ਆ ਆ ਪ੍ਰਤੀਨਿਧ ਸਹੀ ਕਰ ਲੈਣਾ ਪ੍ਰਤੀਨਿਧ ਗਲਤ ਲਿਖਾ ਹੋਇਆ ਸੋ ਇਹ ਜਿਹੜੇ ਸਪੈਲਿੰਗ ਜਿਹੜੇ ਹੈਗੇ ਥੋੜੇ ਸਹੀ ਕਰ ਲੈਣਾ ਉਸ ਤੋਂ ਬਾਅਦ ਆਪਣਾ ਅੱਗੇ ਪੇਪਰ ਕੀ ਕਹਿ ਰਿਹਾ ਹੈ ਅੱਗੇ ਕਹਿ ਰਿਹਾ ਹੈ ਆਪਣੇ ਤਿੰਨੇ ਪ੍ਰਸ਼ਨ ਹੋ ਗਏ 33 ਦੇ ਮੱਧਿਲ ਭਾਗ ਬਾਰੇ ਮਾਧਿਕ ਰਣਯੋਗ ਵਿੱਚ ਜਨਤਿ ਪ੍ਰਥਾ ਦਾ ਕੀ ਕਿਸ ਤਰ੍ਹਾਂ ਦੀ ਸੀ ਤੇ ਵੋਟ ਦੇ ਅਧਿਕਾਰ ਵਾਲਾ ਅੱਗੇ ਭਾਗ ਸੱਜੇ ਵਿੱਚ ਸਰੋਤ ਆਧਾਰਿਤ ਪ੍ਰਸ਼ਨ ਹੈ 4 ਨੰਬਰ ਦਾ ਪੈਰਾ ਨੂੰ ਪੜ੍ਹਨਾ ਹੈ ਤੇ ਉੱਤਰ ਦੰਾ ਹੈ ਹਾਂਜੀ ਪਹਿਲਾ ਇਹ ਥੋੜਾ ਜਨਾ ਡਿਫਿਕਲਟ ਜਿਹਾ ਹੈ ਧਿਆਨ ਨਾਲ ਦੇਖਣਾ ਧਿਆਨ ਨਾਲ ਬਿਲਕੁਲ ਧਿਆਨ ਨਾਲ ਦੇਖਣਾ ਮੈਂ ਤੁਹਾਨੂੰ ਇਹ ਵੀ ਕਰਾਵਾਂਗਾ ਲੋਕਤੰਤਰ ਦਾ ਦੇ ਸਫਲਤਾ ਲਈ ਸਮਾਜ ਵਿੱਚ ਵਿਸ਼ੇਸ਼ ਪ੍ਰਕਾਰ ਦਾ ਵਾਤਾਵਰਣ ਤੇ ਪ੍ਰਸਥਿਤੀਆਂ ਜਿਵੇਂ ਕਿ ਉੱਚ ਕੋਟੀ ਦੇ ਨੇਤੇ ਉਹਨਾਂ ਦੀ ਉੱਚ ਸੋਚ ਅਤੇ ਉੱਚ ਸੱਚਾ ਵਿਹਾਰ ਤੇ ਚੇਤਨ ਸੁਝਾ ਹੋਏ ਨਾਗਰਿਕ ਹੋਣੇ ਜ਼ਰੂਰੀ ਹਨ ਠੀਕ ਹੈ ਲੋਕਤੰਤਰੀ ਦੇਸ਼ ਵਿੱਚ ਲੋਕਾਂ ਲੋਕ ਆਪਣੇ ਪ੍ਰਤੀਨਿਧਾਂ ਦੀ ਚੋਣ ਕਰਦੇ ਹਨ ਅਤੇ ਸਰਕਾਰ ਬਣਾਉਂਦੇ ਹਨ ਉਹੀ ਸਰਕਾਰ ਉੱਤੇ ਨਿਯੰਤਰਣ ਕਰਦੇ ਹਨ ਜੇ ਸਰਕਾਰ ਕੰਮ ਠੀਕ ਨਹੀਂ ਕਰਦੀ ਤਾਂ ਨਿਰੁਸ਼ਕ ਹੋਕ ਜਾਂਦੀ ਹੈ ਤੇ ਲੋਕ ਅਗਲੀਆਂ ਚੋਣਾਂ ਵਿੱਚ ਉਹਨਾਂ ਨੂੰ ਵੋਟ ਨਹੀਂ ਰਾਹੀ ਬਦਲ ਦਿੰਦੇ ਨੇ ਮਤਲਬ ਕਿ ਉਹਨਾਂ ਨੂੰ ਵੋਟ ਨਹੀਂ ਦਿੰਦੇ ਕਿਸੇ ਹੋਰ ਸਰਕਾਰ ਨੂੰ ਦਿੰਦੇ ਨੇ ਠੀਕ ਹੈ ਸੋ ਨੈਕਸਟ ਜਿਹੜੀ ਲਾਈਨ ਲਿਖੀਏ ਦੇਖੋ ਧਿਆਨ ਨਾਲ ਜਿੱਥੇ ਲੋਕਤੰਤਰੀ ਸਰਕਾਰ ਹੁੰਦੀ ਹੈ ਉੱਥੇ ਮੁੱਖੀ ਦੋ ਤਰ੍ਹਾਂ ਦੇ ਹੁੰਦੇ ਨੇ ਇੱਕ ਤਾਂ ਨਾਮਾਤਰੀ ਮੁਖੀ ਅਤੇ ਦੂਸਰਾ ਅਸਲੀ ਮੁਖੀ ਠੀਕ ਹੈ ਜਿੱਥੇ ਵੀ ਸਰਕਾਰ ਹੋਏਗੀ ਲੋਕਾਂ ਦੀ ਉੱਥੇ ਦੋ ਤਰ੍ਹਾਂ ਦੇ ਮੁਖੀ ਹੋਣਗੇ ਪਹਿਲੇ ਕਿਹੜੇ ਨਾਮਾਤਰੀ ਤੇ ਦੂਜੇ ਕਿਹੜੇ ਹੋਣਗੇ ਅਸਲੀ ਠੀਕ ਹੈ ਜਿਨ੍ਹਾਂ ਨੂੰ ਆਪਾਂ ਵਸਤਵਿਕ ਵੀ ਕਹਿ ਸਕਨੇ ਆ ਵਸਤਵਿਕ ਵੀ ਸਾਡੇ ਦੇਸ਼ ਭਾਰਤ ਵਿੱਚ ਕਹਿੰਦੇ ਸਰਕਾਰ ਦਾ ਨਾਮਾਤਰੀ ਮੁਖੀ ਰਾਸ਼ਟਰਪਤੀ ਹੈ ਇਤਰਾਜ ਦਾ ਸਰਕਾਰ ਦੇ ਰਾਜਪਾਲ ਹੁੰਦੇ ਹਨ ਠੀਕ ਹੈ ਜਦਕਿ ਕੇਂਦਰੀ ਅਤੇ ਰਾਜ ਸਰਕਾਰ ਦੇ ਵਸਤਵਿਕ ਮੁਖੀ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਹੁੰਦੇ ਹਨ ਠੀਕ ਹੈ ਸੋ ਇੱਥੋਂ ਹੀ ਤੁਹਾਡੇ ਦੋ ਪ੍ਰਸ਼ਨ ਨਿਕਲਣੇ ਨੇ ਮੈਂ ਤੁਹਾਨੂੰ ਦਿਖਾਣਾ ਪਹਿਲਾ ਪ੍ਰਸ਼ਨ ਹੈ ਆਪਣੇ ਕੋਲ ਲੋਕਤੰਤਰਤਾ ਦੇ 47条 ਜਰੂਰੀ ਸ਼ਰਤਾਂ ਕਿਹੜੀਆਂ-ਕਿਹੜੀਆਂ ਹਨ ਹਾਂਜੀ ਪਿਆਰ ਬੋ ਜੀ ਕਿਹੜੀ-ਕਿਹੜੀਆਂ ਨੇ ਪਹਿਲੀ ਸ਼ਰਤ ਤੁਸੀਂ ਵੇਖ ਲਓ ਲੋਕਤੰਤਰ ਦੇ 47 ਸਮਾਜ ਵਿੱਚ ਵਿਸ਼ੇਸ਼ ਪ੍ਰਕਾਰ ਦੇ ਵਾਤਾਵਰਣ ਪ੍ਰਸਿੱਤਿਕ ਜਿਵੇਂ ਕਿ ਉੱਚ ਕੋਟੀ ਦੇ ਨੇਤਾ ਉਹਨਾਂ ਦੇ ਉੱਚੀ ਸੋਚ ਅਤੇ ਉੱਚਾ ਵਿਹਾਰ ਤੇ ਚੇਤਨਾ ਦੇ ਸੁਝਾਏ ਹੋਏ ਸੁਝਾਏ ਹੋਏ ਨਾਗਰਿਕ ਦਾ ਹੋਣਾ ਜ਼ਰੂਰੀ ਹੈ ਇਹ ਹੀ ਆਪਣਾ ਪਹਿਲਾ ਉਸ ਤੋਂ ਬਾਅਦ ਹੈ ਤਾਂ ਇਸ ਤੋਂ ਅਗਲਾ ਆਪਣਾ ਜਿਹੜਾ ਕੁਐਸਚਨ ਸੀ ਹੈਗਾ ਸੀ ਲੋਕਤੰਤਰੀ ਸਰਕਾਰ ਦੇ ਵਿੱਚ ਮੁਖੀ ਕਿੰਨੇ ਤਰ੍ਹਾਂ ਦੇ ਹੁੰਦੇ ਹਨ ਗ੍ਰੀਨ ਦੇ ਨਾਲ ਜਿਹੜਾ ਲਿਖਾ ਹੋਇਆ ਉਹ ਗ੍ਰੀਨ ਵਾਲਾ ਹੀ ਉਹਦਾ ਆਨਸਰ ਹੋਏਗਾ ਮੁਖੀ ਕਿੰਨੇ ਤਰ੍ਹਾਂ ਦੇ ਹੁੰਦੇ ਨੇ ਬੱਚਿਓ ਦੋ ਤਰ੍ਹਾਂ ਦੇ ਇੱਕ ਤਾਂ ਅਸਲੀ ਤੇ ਦੂਸਰੇ ਕਿਹੜੇ ਨਾ ਮਾਤਰਾ ਠੀਕ ਹੈ ਆ ਮੈਂ ਜਿੰਨਾ ਵੀ ਗ੍ਰੀਨ ਨਾਲ ਡਾਰਕ ਕੀਤਾ ਇਹ ਇਹਦਾ ਰਾਈਟ ਆਨਸਰ ਹੈ ਉਸ ਤੋਂ ਬਾਅਦ ਹੁਣ ਤੁਹਾਡਾ ਅਗਲਾ ਕੁਐਸਚਨ ਸੀ ਜਿਹੜਾ ਕੀ ਹੈ ਬਲੂ ਅੱਖਰ ਦੇ ਨਾਲ ਡਾਰਕ ਕੀਤਾ ਗਿਆ ਕੇਂਦਰੀ ਸਰਕਾਰ ਵਿੱਚ ਨਾ ਮਾਤਰਾ ਦਾ ਮੁਖੀ ਕੌਣ ਹੈ ਇਹਦੇ ਵਿੱਚ ਧਿਆਨ ਨਾਲ ਵੇਖੋ ਇਹ ਡਾਰਕ ਬਲੂ ਆ ਠੀਕ ਹੈ ਡਾਰਕ ਬਲੂ ਡਾਰਕ ਬਲੂ ਹਸ ਕੇਂਦਰੀ ਸਰਕਾਰ ਵਿੱਚ ਨਾ ਮਾਤਰਮੁਖੀ ਕੌਣ ਹੁੰਦਾ ਹੈ ਠੀਕ ਹੈ ਅਗਲਾ ਇੱਕ ਵਾਰ ਛੱਡ ਦੋ ਕੇਂਦਰੀ ਸਰਕਾਰ ਦਾ ਜਿਹੜਾ ਇਹ ਹੈ ਨਾ ਉਹ ਹੁੰਦਾ ਰਾਸ਼ਟਰਪਤੀ ਨਾ ਮਾਤਰਮੁਖੀ ਕੌਣ ਦਾ ਰਾਸ਼ਟਰਪਤੀ ਐਵੇਂ ਹੀ ਅੱਗੇ ਉਹਨਾਂ ਨੇ ਦੇ ਰੱਖਿਆ ਹੈ ਅਸਲੀ ਅਸਲੀ ਮੁਖੀ ਕੌਣ ਦਾ ਅਸਲੀ ਮੁਖੀ ਹੁਣ ਮੈਂ ਤੁਹਾਨੂੰ ਡਾਰਕ ਜਿਹੜਾ ਪਿੰਕ ਹੈ ਪ੍ਰਧਾਨ ਮੰਤਰੀ ਅਸਲੀ ਪ੍ਰਧਾਨ ਮੰਤਰੀ ਤੇ ਨਕਲੀ ਰਾਸ਼ਟਰਪਤੀ ਐਵੇਂ ਹੀ ਅਗਲਾ ਹੈ ਆਪਣਾ ਰਾਜ ਸਰਕਾਰ ਵਿੱਚ ਨਾ ਮਾਤਰਮੁਖੀ ਅਤੇ ਅਸਲੀ ਮੁਖੀ ਕੌਣ ਦਾ ਰਾਜ ਸਰਕਾਰ ਵਿੱਚ ਰਾਜ ਸਰਕਾਰ ਵਿੱਚ ਨਾ ਮਾਤਰ ਜਿਹੜਾ ਕੀ ਹੈ ਉਹ ਰਾਜਪਾਲ ਹੁੰਦਾ ਹੈ ਤੇ ਜਿਹੜਾ ਮੁੱਖ ਮੰਤਰੀ ਹੈ ਉਹ ਜਿਹੜਾ ਕੀ ਅਸਲੀ ਹੁੰਦਾ ਹੈ ਠੀਕ ਹੈ ਸੋ ਬਹੁਤ ਹੀ ਸੌਖਾ ਪ੍ਰਸ਼ਨ ਹੈ ਅਸਲੀ ਜਿਹੜਾ ਉਹ ਰਾਜ ਸਰਕਾਰ ਦਾ ਉਹ ਹੁੰਦਾ ਹੈ ਮੁੱਖ ਮੰਤਰੀ ਨਕਲੀ ਜਿਹੜਾ ਉਹ ਰਾਜਪਾਲ ਹੁੰਦਾ ਹੈ ਇਵੇਂ ਕੇਂਦਰੀ ਸਰਕਾਰ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਜਿਹੜਾ ਨਕਲੀ ਰਾਸ਼ਟਰਪਤੀ ਜਿਹਨੂੰ ਆਪਾਂ ਸਾਇਨ ਸੁਣ ਕਰਨ ਲਈ ਰੱਖਿਆ ਹੁੰਦਾ ਹੈ ਪਰ ਅਸਲ ਵਿੱਚ ਕੰਮ ਕੌਣ ਕਰਦਾ ਹੈ ਪ੍ਰਧਾਨ ਮੰਤਰੀ ਉਵੇਂ ਹੀ ਆਪਣੇ ਪੰਜਾਬ ਦੇ ਵਿੱਚ ਕੰਮ ਕੌਣ ਕਰ ਰਿਹਾ ਹੈ ਭਗਵੰਤ ਮਾਨ ਠੀਕੇ ਮੁੱਖ ਮੰਤਰੀ ਨੇ ਆਪਣੇ ਉਸ ਤਰ੍ਹਾਂ ਰਾਜਪਾਲ ਜਿਹੜਾ ਵੀਪੀ ਸਿੰਧਨੌਰ ਉਹ ਕੰਮ ਨਹੀਂ ਕਰਦਾ ਉਹਨੂੰ ਨਾ માત્ર ਮੁਖੀ ਕਿਹਾ ਜਾਂਦਾ ਬਸ ਉਹਨੂੰ ਸਾਇਨ ਸਾਇਨ ਸੁਣ ਕਰਨ ਲਈ ਰੱਖਿਆ ਜਾਂਦਾ ਸੋ ਇਹ ਹੋ ਗਿਆ ਤੁਹਾਡਾ ਮੇਨ ਪੇਪਰ ਜਿਹੜਾ ਅਸੀਂ ਸਾਰਾ ਤੇ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਾਂਗੇ ਤੁਹਾਨੂੰ ਆਪਾਂ ਅਗਲੀ ਵੀਡੀਓ ਵਿੱਚ ਬਿਲਕੁਲ ਸੇਮ ਪੇਪਰ ਸੌਲਵ ਕੀਤਾ ਹੋਇਆ ਅਗਲਾ ਪੇਪਰ ਵੀ ਸਾਇੰਸ ਦਾ ਜੋ ਵੀ ਤੁਹਾਡੇ ਹੈਗਾ ਤੁਸੀਂ ਸਾਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਵੀਡੀਓ ਲਾਈਕ ਕਰਕੇ ਦੋਸਤੋ ਮੇਰੇ ਨਾਲ ਸ਼ੇਅਰ ਕਰ ਦੇਣਾ ਆਪਾਂ ਮਿਲਦੇ ਨੇ ਨੈਕਸਟ ਵੀਡੀਓ ਵਿੱਚ ਉਦ ਤੱਕ ਲਈ ਬਾਏ ਬਾਏ ਟੇਕ ਕੇਅਰ ਜੈ ਹਿੰਦ ਹੁੰਦੇ ਮਾਤਰਾਮ